ਕਿੰਗਜ਼ 11 ਪੰਜਾਬ ਨੇ ਚੇਨਈ ਸੁਪਰ ਕਿੰਗਸ ਨੂੰ ਐਤਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ 4 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਿੰਗਜ਼ 11 ਪੰਜਾਬ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 197 ਦੌੜਾਂ ਹੀ ਬਣਾ ਸਕੇ ਅਤੇ ਪੰਜਾਬ ਇਹ ਮੈਚ 4 ਦੌੜਾਂ ਨਾਲ ਜਿੱਤਣ 'ਚ ਕਾਮਯਾਬ ਰਹੀ। CSK ਵੱਲੋਂ ਕਪਤਾਨ ਮਹਿੰਦਰ ਸਿੰਘ ਧੋਨੀ ਨੇ 44 ਗੇਂਦਾਂ 'ਚ ਨਾਬਾਦ 79 ਦੌੜਾਂ ਬਣਾਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਵਾ ਸਕੇ। ਦੱਸ ਦਈਏ ਕਿ ਪੰਜਾਬ ਦੇ ਜਿੱਤ ਦੇ ਹੀਰੋ ਕ੍ਰਿਸ ਗੇਲ ਰਹੇ, ਜਿਸ ਨੇ ਆਪਣੀ ਪਹਿਲੀ ਮੈਚ ਦੇ ਵਿੱਚ ਹੀ 33 ਗੇਂਦਾਂ 'ਚ 63 ਦੌੜਾਂ ਬਣਾਈਆਂ। ਉਸ ਦੇ ਪਾਰੀ 'ਚ 7 ਚੌਕੇ ਅਤੇ 4 ਛੱਕੇ ਸ਼ਾਮਲ ਹਨ। ਮੈਚ ਜਿੱਤਣ ਤੋਂ ਬਾਅਦ ਗੇਲ ਨੇ ਇਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਮੈਚ ਦੱਸਿਆ। ਜਿੱਤ ਤੋਂ ਬਾਅਦ ਗੇਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਵਾਪਸੀ ਕਰਨਾ ਵਧੀਆ ਲੱਗਿਆ। ਮੈਨੂੰ ਸਵੇਰੇ ਮੈਸੇਜ ਮਿਲਿਆ ਕਿ ਤੁਸੀਂ ਕਿੰਗਜ਼ 11 'ਚ ਖੇਡੋਗੇ। ਇਹ ਮੈਸੇਜ ਪੜ੍ਹਨ ਤੇ ਹੀ ਮੈਂ ਖੁਸ਼ ਹੋ ਗਿਆ। ਗੇਲ ਨੇ ਅੱਗੇ ਕਿਹਾ ਕਿ ਮੈਂ ਇਹ ਖਬਰ ਸੁਣ ਕੇ ਹੀ ਖੁਸ਼ ਸੀ ਕਿਉਂਕਿ ਮੈਨੂੰ ਨਵੀਂ ਫ੍ਰੈਂਚਾਈਜ਼ੀ ਲਈ ਖੇਡਣਾ ਸੀ। ਗੇਲ ਨੇ ਕਿਹਾ ਕਿ ਮੈਂ ਫੈਂਸ ਲਈ ਹਾਂ, ਹੁਣ ਕੋਈ ਸਿੰਗਲ ਤੇ ਕੋਈ ਡਬਲ ਨਹੀਂ। ਫੈਂਸ ਨੂੰ ਹੁਣ ਚੌਕੇ ਛੱਕੇ ਦੇਖਣ ਨੂੰ ਮਿਲਣਗੇ ਕਿਉਂਕਿ ਯੂਨੀਵਰਸਲ ਬੌਸ ਵਾਪਸ ਆ ਗਿਆ। IPL T20 ਮੈਚ ਵਿੱਚ ਚੇਨਈ ਸੁਪਰ ਕਿੰਗਸ ਨੂੰ 4 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਧਮਾਕੇਦਾਰ ਬੱਲੇਬਾਜ਼ ਗੇਲ ਨੇ ਫ੍ਰੈਂਚਾਈਜ਼ੀ ਲਈ ਡੈਬਿਊ ਕਰਦੇ ਹੋਏ 63 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਲੋਕੇਸ਼ ਰਾਹੁਲ ਨਾਲ ਪਹਿਲੀ ਵਿਕਟ ਲਈ। ਉਸਦੇ 96 ਦੌੜਾਂ ਦੀ ਸਾਂਝੇਦਾਰੀ ਨਾਲ ਕਿੰਗਜ਼ 11 ਪੰਜਾਬ ਨੇ 7 ਵਿਕਟਾਂ ਤੇ 197 ਦੌੜਾਂ ਬਣਾਈਆਂ। ਆਖਰੀ 5 ਓਵਰ ਵਿੱਚ ਚੇਨਈ ਸੁਪਰ ਕਿੰਗਸ ਨੂੰ ਜਿੱਤ ਲਈ 76 ਦੌੜਾਂ ਦੀ ਲੋੜ ਸੀ, ਜਿਹੜਾ ਧੋਨੀ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਅਸੰਭਵ ਹੀ ਦਿਖ ਰਿਹਾ ਸੀ। 18ਵੇਂ ਤੇ 19ਵੇਂ ਓਵਰ 'ਚ 19-19 ਦੌੜਾਂ ਜੋੜਨ ਦੇ ਬਾਵਜੂਦ ਉਸ ਨੂੰ ਆਖਰੀ 6 ਗੇਂਦਾਂ ਵਿੱਚ 17 ਦੌੜਾਂ ਦੀ ਲੋੜ ਸੀ, ਜਿਸ ਵਿੱਚ ਉਹ 12 ਦੌੜਾਂ ਹੀ ਬਣਾ ਸਕੇ। ਬਿਊਰੋ ਰਿਪੋਰਟ, ਸਪੋਕਸਮੈਨ TV।